ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਤੋਂ ਗੁੱਜਰਦੇ ਸ਼ੱਕੀ ਕਿਰਨ ਵਾਲੇ ਵਿੱਚ ਅੱਜ ਗੁੱਜਰ ਭਾਈਚਾਰੇ ਦੀਆਂ 27 ਮੱਝਾਂ ਪਾਣੀ ਵਿੱਚ ਡੁੱਬਣ ਕਾਰਨ ਮਰ ਗਈਆਂ, ਜਦਕਿ 23 ਮੱਝਾਂ ਕਿਰਨ ਨਾਲੇ ਵਿੱਚ ਲਾਪਤਾ ਹੋ ਗਈਆਂ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁੱਜਰ ਯੂਸਫ ਪੁੱਤਰ ਨਵਾਬਦੀਨ ਨੇ ਦੱਸਿਆ ਹੈ ਕਿ ਉਹਨਾਂ ਦੇ 4 ਪਰਿਵਾਰ ਆਪਣੀਆਂ 50 ਦੇ ਕਰੀਬ ਮੱਝਾਂ ਨੂੰ ਚਾਰਨ ਲਈ ਕਿਰਨ ਨਾਲੇ ਦੇ ਕਿਨਾਰੇ 'ਤੇ ਗਏ ਸਨ ਕਿ ਇਸ ਉਪਰੰਤ ਮੱਝਾਂ ਕਿਰਨ ਨਾਲੇ ਦੇ ਡੂੰਘੇ ਪਾਣੀ ਵਿੱਚ ਵੜ ਗਈਆਂ। ਉਹਨਾਂ ਦੱਸਿਆ ਕਿ ਨਾਲੇ ਵਿੱਚ ਉੱਗੀ ਜਲ ਕੁੰਬੀ ਅਤੇ ਡੂੰਘੇ ਪਾਣੀ ਵਿੱਚ ਫਸ ਗਈਆਂ, ਜਿਸ ਦੌਰਾਨ 27 ਮੱਝਾਂ ਦੀ ਮੌਤ ਹੋ ਗਈ, ਜਦਕਿ ਬਾਕੀ ਲਾਪਤਾ ਹਨ। ਉਹਨਾਂ ਕਿਹਾ ਕਿ ਡੂੰਘੇ ਪਾਣੀ ਵਿੱਚ ਮੱਝਾਂ ਦੀ ਭਾਲ ਕੀਤੀ ਜਾ ਰਹੀ ਅਤੇ ਗੁੱਜਰ ਯੂਸਫ ਨੇ ਦੱਸਿਆ ਕਿ ਮੱਝਾਂ ਮਰਨ ਕਾਰਨ ਉਹਨਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ। ਬੂਟੀ ਥੱਲੇ ਆ ਗਏ ਨੇ, 27 ਡੰਗਰ ਮਰ ਗਏ ਨਾ, ਤੇ ਬਾਕੀ ਦੇ ਕੋਈ 10 ਲੱਭੇ, ਬਾਕੀ ਲੱਭਣ ਡੇ ਆ। ਕਿਰਨ ਸਾਹਿਬ ਨੀ ਪੂਰੀ ਲੱਗਾ, ਕਿਰਨ ਭਰੀ ਗਈ ਦੀ ਹੈ। ਕਿੰਨੇ ਵਜੇ ਦਾ ਵਾਕਿਆ ਹੈ ਇਹ? ਕੋਈ 10-11 ਵਜੇ ਦਾ ਵਾਕਿਆ ਹੈ। ਠੀਕ ਹੈ, ਤੇ ਕਿਹਦੇ ਕਿਹਦੇ ਡੰਗਰ ਕਿੰਨੇ ਕਿੰਨੇ ਮਰੇ ਨੇ? 8 ਡੰਗਰ ਯੂਸਫ ਦੇ, 10 ਡੰਗਰ ਬਸ਼ੀਰ ਦੇ। ਯੂਸਫ ਕੌਣ ਜੇ? ਹਾਂਜੀ ਯੂਸਫ ਆਏ। ਹਾਂਜੀ ਹੋਰ 10 ਡੰਗਰ ਬਸ਼ੀਰ ਦੇ, 5 ਡੰਗਰ ਰਵੀ ਦੇ ਆ। ਉਹਦਾ ਮੁੰਡਾ ਇਹਦਾ ਯੂਸਫ ਦਾ, ਯੂਸਫ ਦਾ ਮੁੰਡਾ ਰਵੀ, ਇੱਕ ਜਵਾਈ ਹੈ, ਇੱਕ ਜਵਾਈ ਦਾ ਬਾਗਾ, 4 ਉਹਦੀਆਂ ਹੈ। ਮੰਗ ਇਹ ਕਰਦੇ ਆ ਬਈ, ਗੌਰਮੈਂਟ ਨੇ ਜਿਹਦੀ ਅਸੀਂ ਹੋਣੀ ਚਾਹੀਦੀ ਹੈ ਗਰੀਬਾਂ ਨੂੰ, ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ, ਖਾਣ ਨੂੰ ਸਾਡੇ ਕੋਲ ਇਹੋ 2-2 ਮਹੀਆਂ ਮਿਲ ਜਾਂਦੀ, ਉਹ ਮਰ ਗਈਆਂ, ਰੋਟੀ ਆਟੇ ਤੋਂ ਮੇਰੇ ਕੱਪੜੇ ਤੋਂ ਰਹਿ ਗਏ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੇਰਾ ਨਾਮ ਫਾਤਮਾ ਸੀ। ਕੀ ਹੋਇਆ, ਕੀ ਵਾਕਿਆ ਅੱਜ? ਇਹ ਡੰਗਰਾਂ ਨੂੰ ਲੈ ਕੇ ਆਉਂਦੇ ਪਏ ਸੀ ਤੇ ਗਰਮੀ ਬਹੁਤ ਸੀ ਤੇ ਡੰਗਰ ਜਾ ਵੜੇ, ਜਾ ਕੇ ਪਾਣੀ ਵਿੱਚ ਜਾ ਵੜੇ ਆ, ਤੇ ਘੱਟੋ ਘੱਟ ਵੀ ਸਾਡੀਆਂ 20-25 ਦੇ ਲਾਗੇ ਲਾਗੇ ਮੱਝਾਂ ਜਿਹੜੀਆਂ ਉਹ ਲਾਪਤਾ ਹੈਗੀਆਂ ਵਾ, ਤੇ 20-25 ਮੱਝਾਂ ਲਾਪਤਾ ਤੇ ਬਾਕੀ ਅਸੀਂ ਲੱਭ ਲਈਆਂ। ਨਹੀਂ ਮੱਝਾਂ ਅਸੀਂ ਬਸ ਸਾਈਡ ਤੇ ਚਾਰਦੇ ਪਏ ਸੀ, ਨਹਾਉਣ ਵਾਸਤੇ ਵਿੱਚ ਵੜੀਆਂ ਸੀ, ਗਰਮੀ ਬਹੁਤ ਜ਼ਿਆਦਾ ਸੀ ਤੇ ਵਿੱਚ ਹਰੀ ਬੂਟੀ ਸੀ ਤੇ ਵਿੱਚ ਜਾ ਬਣੀ ਤੇ ਵਿੱਚ ਬੂਟੀ ਆ ਗਈ। ਪਹਿਲਾਂ ਵੀ ਚਾਰਦੇ ਰਹੇ ਇੱਥੇ ਮੱਝੇ? ਹਾਂਜੀ ਪਹਿਲਾਂ ਵੀ ਬਹੁਤ ਵਾਰ ਚਾਰਦੇ ਰਹੇ। ਨਾਲ ਤੁਹਾਡੇ ਕੌਣ ਆਇਆ ਸੀ ਮੱਝੇ ਚਾਰਨ? ਨਾਲ ਅਸੀਂ 2 ਭੈਣਾਂ ਆਈਆਂ ਸੀ ਤੇ ਇੱਕ ਸਾਡਾ ਭਰਾ ਤੇ ਇੱਕ ਭਣਾਈ ਆਈ ਹੈ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।